ਐਲਾਨ ਬੜੇ ਕੀਤੇ ਹਲੇ ਤੱਕ 10 ਲੱਖ ਦਾ ਐਲਾਨ ਕੀਤਾ ਜੀ ਹਲੇ 5 ਲੱਖ ਵੀ ਨਹੀਂ ਪਹੁੰਚਿਆ ਪਰਿਵਾਰਾਂ ਨੂੰ ਤੇ ਕੈਪਟਨ ਦੀ ਆਦਤ ਹੈ ਐਲਾਨ ਕਰ ਦਿੰਦੇ ਆ ਤੇ ਪਰ ਇੰਪਲੀਮੈਂਟ ਨਹੀਂ ਕਰਦੇ ਕਮਿਊਨਿਟੀ ਦੇ ਪ੍ਰਧਾਨ ਉੱਥੋਂ ਦਿੱਲੀ ਦੇ ਉਹ ਲੰਗਰ ਸੇਵਾ ਲਗਾਤਾਰ ਕਰ ਰਹੇ ਸੀ ਕਿਸਾਨਾਂ ਦੀ ਸਾਰ ਸਹਿਯੋਗ ਦੇ ਰਹੇ ਸੀ ਅਤੇ ਜਾਣ ਕੇ ਪ੍ਰੈਸ਼ਰ ਉਹਨਾਂ 'ਤੇ ਪਾਉਣ ਵਾਸਤੇ ਕਮਿਸ਼ਨਰ ਪੁਲਿਸ ਨੇ ਹੁਣ ਧਮਕਾਇਆ ਵੀ ਹੈ ਕਿ ਤੁਸੀਂ ਜੇ ਕਰੋਗੇ ਨਹੀਂ ਪਰਚਾ ਦੇ ਰਿਹਾ ਅਤੇ ਅੱਜ ਝੂਠਾ ਪਰਚਾ ਦਿੱਤਾ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਦੇਣ ਦੇ ਐਲਾਨ ਤੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਫੈਸਲਾ ਵਧੀਆ ਪਰ ਕੈਪਟਨ ਅਮਰਿੰਦਰ ਸਿੰਘ ਐਲਾਨ ਤਾਂ ਬਹੁਤ ਕਰਦੇ ਨੇ ਪਰ ਪੂਰਾ ਕੋਈ ਨਹੀਂ ਕਰਦਾ ਸੁਣੋ ਕੀ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਪਰ ਬਿਊਰੋ ਰਿਪੋਰਟ ਦਾ ਟੀਵੀ NRI ਬੜਾ ਦੁੱਖ ਹੈ ਕਿ ਜਿਹੜਾ ਕਿਸਾਨ ਜਥੇਬੰਦੀ ਦੀ ਮੰਗ ਸੈਂਟਰ ਸਰਕਾਰ ਨੇ ਨਹੀਂ ਮੰਨੀ ਇਹਦੇ ਕੋਈ ਡੈਡਲੌਕ ਦੀ ਗੱਲ ਨਹੀਂ ਸ਼ੁਰੂ ਤੋਂ ਹੀ ਕੋਈ ਮੰਗ ਰਹੀ ਸੈਂਟਰ ਜਿੱਤ ਅੜੀ ਹੈ ਅਤੇ ਸਾਰੇ ਕਿਸਾਨ ਇੱਕੋ ਇੱਕ ਚੀਜ਼ ਚਾਹੁੰਦੇ ਆ ਰੱਦ ਕਾਨੂੰਨ ਅਤੇ ਸੈਂਟਰ ਨੂੰ ਕਰ ਦੇਣਾ ਚਾਹੀਦਾ ਇੱਕ ਸਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਹੋਏ ਕਿਸਾਨਾਂ ਨੂੰ ਦੇ ਪਰਿਵਾਰਾਂ ਨੂੰ ਇੱਕ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਕਿਵੇਂ ਦੇਖਦੇ ਬੜੀ ਚੰਗੀ ਗੱਲ ਹੈ ਉਹਨਾਂ ਨੂੰ ਪਰ ਦੇਣੀ ਚਾਹੀਦੀ ਹੈ ਐਲਾਨ ਬੜੇ ਕੀਤੇ ਹਲੇ ਤੱਕ 10 ਲੱਖ ਦਾ ਐਲਾਨ ਕੀਤਾ ਜੀ ਹਲੇ 5 ਲੱਖ ਵੀ ਨਹੀਂ ਪਹੁੰਚੇ ਪਰਿਵਾਰਾਂ ਨੂੰ ਤੇ ਕੈਪਟਨ ਦੀ ਆਦਤ ਹੈ ਐਲਾਨ ਕਰ ਦਿੰਦੇ ਆ ਤੇ ਪਰ ਇੰਪਲੀਮੈਂਟ ਨਹੀਂ ਕਰਦੇ ਸਿਰਸਾ ਜਿਹੜਾ ਕੇਸ ਦਰਜ ਹੁੰਦਾ ਉਹ ਬਹੁਤ ਪੂਰਾ ਝੂਠਾ ਕੇਸ ਮਨਜਿੰਦਰ ਸਿੰਘ ਸਿਰਸਾ ਦੇ ਦਰਜ ਕੀਤਾ ਗਿਆ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਸਿੱਖ ਕਮਿਊਨਿਟੀ ਦੇ ਪ੍ਰਧਾਨ ਉੱਥੋਂ ਦਿੱਲੀ ਦੇ ਉਹ ਲੰਗਰ ਸੇਵਾ ਲਗਾਤਾਰ ਕਰ ਰਹੇ ਸੀ ਕਿਸਾਨਾਂ ਦੀ ਸਾਰ ਸਹਿਯੋਗ ਦੇ ਰਹੇ ਸੀ ਅਤੇ ਜਾਣ ਕੇ ਪ੍ਰੈਸ਼ਰ ਉਹਨਾਂ 'ਤੇ ਪਾਉਣ ਵਾਸਤੇ ਕਮਿਸ਼ਨਰ ਪੁਲਿਸ ਨੇ ਹੁਣ ਧਮਕਾਇਆ ਵੀ ਹੈ ਕਿ ਤੁਸੀਂ ਜੇ ਕਰੋਗੇ ਨਹੀਂ ਪਰਚਾ ਦੇ ਰਿਹਾ ਅਤੇ ਅੱਜ ਝੂਠਾ ਪਰਚਾ ਦਿੱਤਾ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ ਇਹ ਜਿਹੀਆਂ ਹਰਕਤਾਂ 'ਤੇ ਸੈਂਟਰ ਨੂੰ ਨਹੀਂ ਆਉਣਾ ਚਾਹੀਦਾ ਛੱਬੀ ਤਰੀਕ ਦੀ ਪਰੇਡ ਵਿੱਚ ਅਕਾਲੀ ਦਲ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਤਾਂ ਪਿਛਲੇ 4 ਮਹੀਨੇ ਦੇ ਨਾਲ ਹੀ ਹੈ ਥੈਂਕ ਯੂ